बना लियो हाँ जी कुछ। किसान वीरो स्वागत है तुहाड़ा अपने यूट्यूब चैनल बाबा डेयरी फार्म दे। जी अज की वीडियो आप टॉप दियाँ चार बैड़ा तो एक पलून झोटी सेर लैके आए जी। आओ पुछ लेने भाई तो डिटेल। आज भाई भाई जी सत श्रीकाल। सत श्री अकाल जी। होर भाई जगी ठीक हो? हाँ जी ठीक ठाक जी वधिया भाई। जी जी पहला वीडियो पाई सी किवें रिहा रिस्पोंस? पूरा वधिया रिस्पोंस आया जी। सारा माल दूजे दिन ही बिक गया सीगा जी। ठीक है भाई। नाम ते एड्रेस बोल दो। नाम पिंड ये जिहड़ा नवरा दा जी इत्थे। ठीक है। ये मुंडा आप है नहीं गा माल दा मालिक आ जिहड़ा। ठीक है भाई। ते इहदी डिटेल आपां दवांगे जी। ओके भाई। इहदा नाम रुंडी मैंबर आ जी। ठीक है जी। मंदरबार दा नवरा बाई दा सहणे जी। ठीक है जी। साहीवाल दूजा सूआ जी। ठीक है। छे दंद दा मूंह। ठीक है जी। इहदे 15 दिन बाकी है जी। 15 दिन बाकी है। ठीक है भाई। किन्ना क दुध दे रहे? पलून दा दुध 18 किलो दित्ता होया जी। ठीक है भाई। खोल लाता दिए कद काठ चंगा कर जात ब्रीड पूरी चंगी है थान थून चंगा लगे चारे थान निकल में पूरे गैप क्या कला कला थान की मोला जगी था मले ना फोन ते कर लेंगे जी। वैड कच्ची है थोड़ी जी। ठीक है। आया भी दिना जो है कई यार दो चार दिन ना डंगर बिके डंगर भर जाता कुछ और रूप हो जाता है ना जी। हाँ जी हाँ जी तो है। तोर तूर बई चंगी आ सण अर्गी पई है राजी आ दुध चंगा पा दू जात ब्रीड जिनी कह दू बई उन्नी चंगी आ मुल बई कहता था फोन ते हो जाना थोड़ी कच्ची आ भर जान दे वैड नू फिर ओह जहा मुल हो अज की घड़ी हो गया मुल हो जाए। ठीक है भाई जगी। अगे भाई दो नंबर से केड़ा सूआ सुंदी है? ਇਹ ਸੂਆ ਦੂਜਾ ਸੁੰਦੀ ਹੈ ਜੀ। ਠੀਕ ਹੈ ਜੀ। ਦੰਦਾਂ ਦੀ ਭਰੀ ਹੋਈ ਆ। ਠੀਕ ਹੈ ਜੀ। ਐਰ ਸ਼ਹਿਰ ਚ ਪੈਂਦੀ ਹੈ ਜੀ। ਠੀਕ ਹੈ ਜੀ। ਪਲੂਣ ਦਾ ਦੁੱਧ 20 ਕਿਲੋ ਦਿੱਤਾ ਹੋਇਆ ਜੀ। ਠੀਕ ਹੈ ਜੀ। ਤੇ ਦਿਨ ਕਿੰਨੇ ਲੈਂਦੀ ਆ? ਦਿਨ ਦੇ 15 ਬਾਕੀ ਹੈ ਜੀ ਇਹਦੇ ਵੀ। 15 ਬਾਕੀ ਹੈ। ਠੀਕ ਹੈ। ਦੁੱਧ ਕਿੰਨਾ ਕੁ ਪਾ ਦੂਗੀ? ਦੁੱਧ ਦਾ 20 ਕਿਲੋ ਪਲੂਣ ਦਾ ਦਿੱਤਾ ਹੋਇਆ ਜੀ ਪਿਓਰ ਐਰ ਸ਼ਹਿਰ ਹੈ ਜੀ। ਹੋ ਲਾ ਬਈ ਹੁਣ ਇਹਦੇ 40-135 ਦਾ ਸੀਮਨ ਲੱਗਿਆ ਹੋਇਆ ਹੈਗਾ ਜੀ। ਠੀਕ। ਇਹਦਾ ਮੁੱਲ ਬਈ? ਇਹਦਾ ਮੁੱਲ 85,000 ਰੁਪਏ। 85,000 ਰੁਪਏ ਮਾਨਤਾਨ ਹੋ ਜੀ ਵਿੱਚ? ਹਾਂ ਜੀ ਮਾਨਤਾਨ ਆਏ ਬੰਦਾ ਕਰਾਂਗੇ ਜੀ ਜਮਾ। ਠੀਕ ਹੈ ਜੀ। 85,000 ਰੁਪਏ ਬਾਈ ਨੇ ਮੁੱਲ ਰੱਖਿਆ ਬਾਕੀ ਇਹ ਅੱਜ ਦਾ ਮੁੱਲ ਹੈ ਜੀ। ਕੱਲ ਨੂੰ ਵੈੜ 15 ਦਿਨਾਂ ਨੂੰ ਤਿਆਰ ਹੁੰਦੀ ਆ ਤਾਂ ਉਹੋ ਜਿਹਾ ਮੁੱਲ ਹੋਊਗਾ ਹਾਂ। ਠੀਕ ਆ ਬਾਈ ਫਿਰ ਉਹੋ ਜਿਹਾ ਮੁੱਲ ਹੋ ਜਾਣਾ। ਚੰਗੀ ਆ ਬੜ ਤੇ ਪਲੂਨ ਨੇ ਦੁੱਧ ਚੰਗਾ ਪਾਇਆ ਬਾਈ ਤੇ ਫੇਸ ਬਿਊਟੀ ਬਾ ਕਮਾਲ ਦੀ ਆ ਤੇ ਰਾਜੀ ਰੂਜੀ ਬਾਈ ਵੜ ਬਹੁਤ ਆ ਦੋ ਹੀ ਨਾਗ ਦਿਖਾਇਆ ਦੋਨੇ ਬਾਈ ਨਗੀਨੇ ਆ ਗਏ। ਅੱਗੇ ਬਾਈ 3 ਨੰਬਰ ਤੇ ਜਾਗੀ ਕਿਹੜਾ ਸੂਸ ਹੁੰਦੀ ਆ? ਇਹ ਸੂਈ ਵੀ ਹੈ ਜੀ। ਸੂਈ ਵੀ ਹੈ ਕਿਹੜਾ ਸੂਆ? ਇਹ ਸੂਆ ਸੂਈ ਹੈ ਦੂਜਾ ਜੀ। ਦੂਜਾ ਹਾਂ ਜੀ। ਕਿੰਨੇ ਕਿ ਦਿਨ ਹੋ ਗਏ ਸੂਈ ਨੂੰ? ਸੂਈ ਨੂੰ ਇੱਕ ਹਫ਼ਤਾ ਹੋ ਗਿਆ ਹੋਊਗਾ ਜੀ। ਇੱਕ ਹਫ਼ਤਾ। ਠੀਕ ਹੈ। ਦੁੱਧ ਕਿੰਨਾ ਹਾਜ਼ਰ ਹੈ? ਹੁਣੇ ਦੁੱਧ 22 ਕਿਲੋ ਦੁੱਧ ਜਮਾ ਤਿਆਰ ਆ ਜੀ। ਪਲੂਣ ਦਾ ਦੁੱਧ 20 ਕਿਲੋ ਦਿੱਤਾ ਹੋਇਆ ਸੀ ਇਹਦਾ ਐ ਮੰਨੋ ਜੀ 2-3 ਕਿਲੋ ਦੀ ਹੋਰ ਤੋਂ ਐਸਟੀ ਇਹਦੀ 25 ਕਿਲੋ ਦੁੱਧ ਕਰ ਜੂਗੀ। ਬਾ ਠੀਕ ਹੈ। ਬੱਚਾ ਬਈ? ਬੱਚਾ ਦੇ ਮੰਗਰ ਬੱਚਾ ਗਾ ਜੀ। ਬੱਚਾ ਠੀਕ ਹੈ ਬਈ। ਖੋਲ ਲਾ ਬਈ ਤੋਰ ਦੇ। ਤੋਰ ਇਹਦਾ ਮੁੱਲ ਬਈ? ਇਹਦਾ ਮੁੱਲ 1,10,000 ਆ ਜੀ। 1,10,000 ਰੁਪਏ ਮਾਨਤਾਨ ਹੋ ਜੀ ਵਿੱਚ? ਹਾਂ ਜੀ ਮਾਨਤਾਨ ਹੋਊਗਾ ਜੀ ਦੰਦਾਂ ਦੀ ਚੌਕੀ ਹੈਗੀ। ਠੀਕ ਹੈ ਬਈ। ਚੰਗੀ ਆ ਬੜ ਜਾਦ ਬਰੀੜ ਚੰਗੀ ਆ ਚੰਗੇ ਕੱਦ ਕਾਠ ਦੀ ਥਣ ਹਵਾਨਾ ਸੋਹਣਾ ਬਈ ਦੁੱਧ ਬਾਈ ਨੇ ਦੱਸਿਆ ਹੁਣ ਤਿਆਰ ਆ 22 ਲੀਟਰ ਮੋੜ ਲਿਆ ਬਈ ਬੱਚਾ ਮਗਰ ਬੱਚਾ ਇਹ ਹਸਾਰ ਟੀਕੇ ਦੀ ਆ ਜੀ ਆਪ। ਠੀਕ ਆ ਬਈ। ਤੇ ਜੇਰ ਜੂਰ ਪੈ ਗਈ ਸੀ ਇਹਦੀ? ਠੀਕ ਆ ਬਈ। ਜੇਰ ਜੂਰ ਵਗੈਰਾ ਓਕੇ ਆ ਬਈ ਚੰਗੀ ਆ ਬੜ ਹਵਾਨਾ ਕਰ ਜੇਰ ਦੀ ਕੋਈ ਟੱਲ ਮੱਠ ਦੀ ਉਹ ਚੀਜ਼ ਦੀ ਆਪਣੀ ਫੁੱਲ ਗਾਰੰਟੀ ਹੋਊਗੀ ਜੀ। ਬਾ ਠੀਕ ਆ ਬਈ। ਸ਼ਾਮ ਤੱਕ ਆਰਡਰ ਕਰ ਮਾਈ ਨੇ ਸੋਹਣਾ ਤਿਆਰ ਕਰ ਲੈਣਾ ਥਣ ਥਣ ਚੰਗਾ ਲੱਗੇਗਾ ਠੰਡੀ ਸੀਲ ਬਈ ਪੂਰੀ ਆ ਲੈ ਜੇ ਮਰਜ਼ੀ ਹੱਥ ਵਗੈਰਾ ਫਿਰ ਚੱਲ। ਅੱਗੇ ਬਈ 4 ਨੰਬਰ ਤੇ ਕਿਹੜਾ ਸੂਆ ਸੁੰਦੀ ਆ? ਇਹ ਵੀ ਦੂਜਾ ਸੂਆ ਹੈ ਜੀ। ਕਿੰਨੇ ਕਿ ਦਿਨ ਲੈਂਦੀ ਹੈ ਜੀ? ਇਹਦੇ 10 ਦਿਨ ਬਾਕੀ ਹੈ ਜੀ। 10 ਦਿਨ ਬਾਕੀ ਆ। ਦੁੱਧ ਕਿੰਨਾ ਕਿ ਦੇ ਦੂ ਬਈ? ਦੁੱਧ ਇਹਦਾ 13-14 ਕਿਲੋ ਪਲੂਣ ਦਾ ਦਿੱਤਾ ਹੋਇਆ ਜੀ। 16 ਕਿਲੋ ਦੀ ਕੁਐਸਟੀ ਹੈ। ਠੀਕ ਆ ਬਈ। ਖੋਲ ਲੋ ਤੋ ਮੜੀ ਜਾਤ ਬਰੀਡ ਚੰਗੀ ਆ ਗਰਮੀ ਘੱਟ ਮਨੂੰ ਫੈਂਡ ਫੂਂਡ ਚੰਗੀ ਆ ਤੇ ਲਾਟੋ ਲਾਂਬਾ ਹੀ ਬਹੁਤ ਪਈਆਂ ਨੇ ਹਜੇ ਬਾਕੀ ਤੋਰ ਤੋਰ ਕਰਨ ਵਾਲੀ ਦੀ ਚੰਗੀ ਆ ਥਣ ਥਣ ਚੰਗਾ ਗਾ ਚਾਰੇ ਥਣ ਬੈ ਨਿਕਲ ਮੇ ਪੂਰੇ ਗਏ ਤੇ ਅਬੇ ਸਨ ਵੀ ਰਾਜੀ ਰੋਜੀ ਬਹੁਤ ਆ ਬਈ ਬੈਣ ਜੀ ਚੰਗੀ ਆ ਤੇ ਮੁੱਲ ਬਈ ਜੱਗੀ ਇਹਦਾ? ਮੁੱਲ ਇਹਦਾ 65,000 ਰੁਪਏ। 65,000 ਰੁਪਏ ਮਾਨਤਾਨ ਹੋ ਜੀ ਵਿੱਚੋਂ। ਠੀਕ ਆ ਬਈ। ਮੋੜ ਲੈ ਬਈ। ਮਾਨਤਾਨ ਹਰੇਕ ਡੰਗਰ ਚੋਂ ਹੋਊਗਾ ਜੀ। ਬਾ ਠੀਕ। ਬਸ ਇੱਕ ਆਪਣੀ ਵੀਡੀਓ ਚੱਲਦੀ ਚੱਲਦੀ ਜੀ ਰਿਕਵੈਸਟ ਆ ਵੀ ਆਪਾਂ ਨੂੰ ਕਈ ਯਾਰ ਬੰਦੇ ਹੁੰਦੇ ਆ 65,000 ਦਾ ਬਈ ਮੁੱਲ ਹੀ ਪਾਇਆਗਾ ਇਹ ਚ ਮਾਨਤਾਨ ਵਾਲਾ ਹੀ ਹੋਊਗਾ ਜਿਹੜੇ ਵੀ ਆਪਾਂ ਮੁੱਲ ਪਾਵਾਂਗੇ। ਠੀਕ ਹੈ। ਆਪਾਂ ਨੂੰ ਮਤਲਬ 50 ਜਾਂ 45 ਵਾਲਾ ਨਾ ਫੋਨ ਲਾਵੇ। ਬਾ ਠੀਕ ਹੈ। ਹਾਂ ਕਈ ਯਾਰ ਬੰਦੇ ਹੁੰਦੇ ਆ ਯਾਰ ਐਵੇਂ ਹਨਾ ਵੀ। ਠੀਕ ਹੈ ਬਈ। ਅੱਗੇ ਬਈ ਜੱਗੀ ਝੋਟੀ ਝੋਟੀ ਸਨੱਕੀ ਆ। ਹਾਂਜੀ ਸਿੰਘਾਂ ਸੁੰਘਾਂ ਦੀ ਬਹੁਤ ਚੰਗੀ ਆ। ਬਹੁਤ ਸੋਹਣੀ ਆ ਜੀ ਹਰ ਇੱਕ ਚੀਜ਼ ਕੁਆਲਿਟੀ ਬਹੁਤ ਆ ਕੱਟੀ ਦੀ। ਸਿੰਘ ਚੈੱਕ ਕਰੋ ਬਈ ਜੇ ਮੈਂ ਨਾਲੋਂ ਮੁੜੇ ਵਿਆਹ ਕਰਮ ਵਾਲੀ ਦੇ ਦੰਦਾਂ 'ਚ ਆ ਬਈ ਹਜੇ। ਹਾਂਜੀ ਚੋਗੀ ਆ ਜੀ। ਠੀਕ ਆ ਬਈ। ਸੀਲ ਠੰਡੀ ਆ ਦੇ ਸਰ ਬਈ ਹੱਥ ਲਾਈ ਜਾਂਦਾ
ਬਈ ਸੂਣ ਵਾਲੀ ਹੈ ਇਹ ਹਾਂਜੀ ਹਾਂ ਗੱਬਣਾ ਜੀ ਇੱਕ ਹਫ਼ਤਾ ਬਾਕੀ ਆ ਠੀਕ ਆ ਬਈ ਕਿੰਨੇ ਦਿਨ ਲੈਂਦੀ ਆ ਇੱਕ ਹਫ਼ਤਾ ਬਾਕੀ ਹੈ ਜੀ ਇੱਕ ਹਫ਼ਤਾ ਠੀਕ 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 ਕਿੰਨਾ ਕੁ ਦੁੱਧ ਪਾ ਦੂ ਬਈ ਆਸ ਕੀ ਮੀਡੀ ਆ ਦੁੱਧ ਕਿੰਨਾ ਕੁ ਪਾ ਦੂ ਦੁੱਧ ਆਪਾਂ ਇਹ ਬੋਡੀ ਵੇਟ ਤੋਂ ਤੇ ਲੈਵੇ ਤੋਂ ਤਾਂ ਅੱਜ ਲਾ ਸਕਦੇ ਆ ਜੀ 15 ਕਿਲੋ ਦੁੱਧ ਪਾ ਦੂਗੀ ਠੀਕ ਆ ਬਈ ਇਹਦੇ ਬੋਡੀ ਬੰਤਰ ਤੋਂ ਬਾਈ ਕਹਿੰਦਾ ਤੇ ਲੈਵੇ ਲੂਵੇ ਤੋਂ ਆਸ ਕੀ ਮੀਡੀ ਆ ਵੀ 15 ਲੀਟਰ ਦੁੱਧ ਇਹਨੇ ਆਰਾਮ ਨਾਲ ਪਾ ਦੇਣਾ ਸਨੱਖੀ ਆ ਸਰੀਰ ਦਾ ਢਾਂਚਾ ਬਾ ਕਮਾਲ ਆ ਆਰਡਰ ਦਾ ਢਾਂਚਾ ਉਦੋਂ ਵੀ ਬਾਈ ਬਾ ਕਮਾਲ ਆ ਤੇ ਸਿੰਘ ਤਾਂ ਬਈ ਜਮਾ ਹੀ ਬਾ ਕਮਾਲ ਫੇਸ ਬਿਊਟੀ ਚੰਗੀ ਆ ਬਾਕੀ ਤੋਰ ਤੋਰ ਸਨੱਖੀ ਆ ਚੰਗੀ ਆ ਬਈ ਝੋਟੀ ਬਾਕੀ ਦੰਦਾਂ ਚ ਆ ਬਈ ਤੇ ਮੁੱਲ ਦੰਦ ਆਪਾਂ ਪੱਟ ਕੇ ਦਿਖਾ ਦਿੰਨੇ ਜੀ ਇੱਕ ਤਾਂ ਹੁੰਦਾ ਬੰਦਾ ਵੀ ਕਈ ਵਾਰੋਂ ਇੱਕ ਕਹਿ ਦਿੰਦਾ ਆ ਦਿਖਾ ਦੋ ਵੀਡੀਓ ਚ ਕੋਈ ਨਹੀਂ ਦਿਖਾ ਬਾ ਠੀਕ ਪਿਓਰ ਚੋਗੀ ਆ ਹਾਂ ਪਿਓਰ ਚੋਗੀ ਆ ਬਈ ਸਿੰਘ ਬਈ ਜਮੇ ਨਾਲ ਮੋੜੇ ਆ ਕੱਦ ਕਾਠ ਵੀ ਠੀਕ ਆ ਥਾਣਾ ਹਵਾਨਾ ਵੀ ਸੋਹਣਾ ਕਰਨ ਵਾਲੀ ਦਾ ਵਧੀਆ ਫਾਰਮ ਚੋਂ ਆਈ ਹੈ ਜੀ ਕੱਟੀ ਇਹ ਠੀਕ ਆ ਹਾਂ ਵਧੀਆ ਕੁਆਲਿਟੀ ਵਾਲੇ ਡੰਗਰ ਨੇ ਸਾਰੇ ਬਾਈ ਬਾਈ 25-25 ਕਿਲੋ ਵਾਲੀਆਂ ਮੱਝਾਂ ਨੇ ਜਸਵਾਂ ਇਹ ਮੁੱਲ ਬਈ ਜੱਗੀ ਇਹਦਾ ਮੁੱਲ ਤਾਂ ਫੋਨ ਤੇ ਹੀ ਕਰ ਲਾਂਗੇ ਜੀ ਜੈ ਜੀ ਹਾਂ ਜੈ ਜੀ ਹੋਊਗਾ ਜੀ ਮੁੱਲ ਬਾਈ ਇਹਦਾ ਫੋਨ ਤੇ ਹੋ ਜੂ ਤੇ ਮੁੱਲ ਬਾਈ ਕਹਿੰਦਾ ਝੋਟੀ ਦੇ ਹਿਸਾਬ ਨਾਲ ਜਾਇਜ਼ ਹੋਊਗਾ ਥਾਣ ਥੁਣ ਕਰਨ ਵਾਲੀ ਦਾ ਬਹੁਤ ਚੰਗਾ ਚਾਰੇ ਥਾਂ ਨਿਕਲਵੇਂ ਪੂਰੇ ਗੈਰ ਤੇ ਆ ਵੱਡੀ ਗੱਲ ਬਈ ਠੰਡੀ ਸੀਲ ਆ ਬਈ ਦੁਆਰੇ ਹੱਥ ਲਾਈ ਲੈ ਜੇ ਮਰਜੀ ਬੈਠਾ ਰਹੇ ਬਈ ਕੋਈ ਚੱਕਰ ਹੀ ਨਹੀਂਗਾ ਨਾਗ ਬਾਈ ਸਾਰੇ ਚੰਗੇ ਆ ਪੰਜੇ ਦੇ ਪੰਜੇ ਤੇ ਕਿਸੇ ਵੀਰ ਨੂੰ ਕੋਈ ਵੀ ਨਾਗ ਪਸੰਦ ਆਵੇ ਤਾਂ ਭਰਾ ਨਾਲ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਹੱਥ ਲਾਓ ਧੰਨਵਾਦ।